ਮਾਰਕੀਟ ਪਹੁੰਚਣ ਵਾਲਿਆਂ ਜਾ ਰਹੇ ਹਾਂ, ਮਾਰਕੀਟ ਪਹੁੰਚ ਆਇਆ, ਬਾਜ਼ਾਰ ਲੱਗਿਆ ਨੇ, ਜੁਮਾ ਬਾਜ਼ਾਰ ਲੱਗਿਆ ਜੀ, ਸਾਰੀ ਚੀਜ਼ਾਂ ਦਾ, ਜੁੱਤੀਆਂ ਨੇ, ਟਰੋਜ਼ਰ, ਸ਼ਰਟ, ਕੱਪੜੇ ਦਾ, ਸਬਜ਼ੀ ਬਾਜ਼ਾਰ ਲੱਗਿਆ ਅਗਲੀ ਸਾਈਡ 'ਤੇ, ਹੁਣ ਫਰੂਟ ਲਈ ਜਾ ਰਿਹਾ ਸੀ, ਉੱਥੇ ਟੋਟਲੀ ਸਬਜ਼ੀ ਫਰੂਟ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਜ਼ਰੂਰਤ ਜੀ। ਇਹ ਸਪੈਸ਼ਲ ਜ਼ਿਆਦਾਤਰ ਜੁੰਮੇ ਲੱਗਦੀ ਕਿਉਂਕਿ ਜੁੰਮੇ ਦੀ ਛੁੱਟੀ ਹੁੰਦੀ ਹੈ, ਇਸ ਤੋਂ ਕਰਕੇ ਨਾ ਜੁੰਮੇ ਬਾਜ਼ਾਰ ਲੱਗਦਾ, ਜੁੰਮਾ ਬਾਜ਼ਾਰ ਆ ਲੱਗਿਆ, ਫਰੂਟ ਕੇਲਾ ਲੱਗਿਆ, ਕਿਵੇਂ ਲੱਗਿਆ ਟੋਟਲੀ ਸੇਬ ਕੇਲਾ ਹਰ ਚੀਜ਼ ਹੈ, ਸਬਜ਼ੀ ਬਾਜ਼ਾਰ ਟੋਟਲੀ ਇੰਨਾ ਫਰੂਟ, ਲੋਕ ਸ਼ੋਪਿੰਗ ਨਹੀਂ ਕਰ ਰਹੇ, ਲੋਕ ਆਪਣੀ ਚੀਜ਼ਾਂ ਖਰੀਦ ਰਹੇ ਹਨ। ਅਸੀਂ ਪਹੁੰਚੇ ਮੇਰੇ ਨਾਲ ਦੇ ਨੇ ਫਰੂਟ ਲੈਣਾ, ਕੁਛ ਚੀਜ਼ਾਂ ਲੈਣੀਆਂ, ਕਿਉਂਕਿ ਜੁੰਮੇ ਦੀ ਸਾਨੂੰ ਛੁੱਟੀ ਹੁੰਦੀ, ਜੁੰਮੇ ਦਾ ਫਿਰ ਕਰਕੇ ਜਿਹੜੀ ਜਿਹੜੀ ਚੀਜ਼ ਖਰੀਦਣੀ ਹੁੰਦੀ ਨਾ ਫਿਰ ਲਿਆਈਦੀ ਹੈ, ਚੈੱਕ ਹਰ ਬੰਦਾ ਵਾ, ਕੋਈ ਸਬਜ਼ੀ ਲੈ ਰਿਹਾ, ਕੋਈ ਫਰੂਟ ਲੈ ਰਿਹਾ, ਇਸ ਤੋਂ ਬਾਅਦ ਜਿਹੜੀ ਨੈਕਸਟ ਵੀਡੀਓ ਆਏਗੀ ਅਸੀਂ ਮਾਰਕੀਟ ਜਾਵਾਂਗੇ, ਤੁਹਾਨੂੰ ਜਿੱਥੋਂ ਅਸੀਂ ਚੀਜ਼ਾਂ ਲੈਣੀਆਂ ਆਪਣੇ ਲਈ, ਆਪਣੀ ਜ਼ਰੂਰਤ ਦੀਆਂ ਚੀਜ਼ਾਂ, ਇਹ ਤੇ ਫਰੂਟ ਅਤੇ ਸਬਜ਼ੀ ਆ, ਅਸੀਂ ਚਾਏ ਵਗੈਰਾ ਲਾਵਾਂਗੇ, ਚਾਏ ਮਿਲਕ, ਉਸ ਤੋਂ ਬਾਅਦ ਸਰਫ, ਸਾਬਣ, ਇਵੇਂ ਦੀਆਂ ਚੀਜ਼ਾਂ ਅਸੀਂ ਲੈ ਕੇ ਜਾਵਾਂਗੇ। ਤੁਹਾਨੂੰ ਚੈੱਕ ਕਰਵਾਉਣ ਲਈ ਦੋਸਤਾਂ ਲਈ ਵੀਡੀਓ ਬਣਾ ਰਹੇ ਹਾਂ, ਚੈੱਕ ਕਰੋ, ਇਹ ਜੁੰਮਾ ਬਾਜ਼ਾਰ ਲੱਗਾ ਜੀ, ਇੱਧਰ ਕੱਪੜਾ ਆ ਗਿਆ ਜੀ, ਇਹ ਟਰੋਜ਼ਰ ਸ਼ਰਟਾਂ ਓਪਨ ਜਿਵੇਂ ਪਾਕਿਸਤਾਨ 'ਚ ਲੱਗਦਾ ਨਾ, ਇਹ ਉਸ ਹਿਸਾਬ ਨਾਲ ਲੱਗਾ ਹੋਇਆ। ਅੱਛਾ, ਸਾਰਾ ਟੋਟਲ ਸਬਜ਼ੀ ਬਾਜ਼ਾਰ ਹੋ ਗਿਆ, ਸਬਜ਼ੀ ਬਾਜ਼ਾਰ ਬੈਕ ਸਾਈਡ 'ਤੇ ਸਬਜ਼ੀ ਬਾਜ਼ਾਰ ਲੱਗਿਆ, ਇਹਦੇ ਵੀ ਸਾਈਡ ਜਿਹੜਾ ਤੁਹਾਨੂੰ ਪਾਇਆ ਇਹ ਕੱਪੜੇ ਦਾ ਲੱਗਿਆ। ਅਤੇ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਅੱਛੇ ਅੱਛੇ ਕਮੈਂਟ ਕਰਿਆ ਕਰੋ, ਮਿਹਰਬਾਨੀ, ਥੈਂਕ ਯੂ, ਮਿਲਦੇ ਹਾਂ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ, ਓਕੇ, ਅੱਲਾ ਹਾਫਿਜ਼।